ਜਦੋਂ ਕਿਤੇ ਇਤਿਹਾਸ ਦੇ ਬਹਿ ਕੇ ਪੰਨੇ ਫੋਲੇ ਨੇ ਸਾਡੇ ਝੋਦੇ ਸਰਕਾਰਾਂ ਕੀਤੇ ਅੰਗੋਲੇ ਨੇ ਜ਼ੁਲਮ ਦੇ ਮੂਰੇ ਖੜੇ ਜੇ ਲੈ ਤਲਵਾਰ ਨਾ ਹੁੰਦੇ ਨਹੀਂ ਸੀ ਹੋਣਾ ਹਿੰਦੁਸਤਾਨ ਓਏ ਜੇ ਸਰਦਾਰ ਨਾ ਹੁੰਦੇ ਜਦੋਂ ਸਿਰ ਤੇ ਦਸਤਾਰ ਆ ਜਾਂਦੀ ਹੈ ਉਹਦੀ ਕੋਈ ਯਾਦ ਧਰਮ ਨਹੀਂ ਰਹਿੰਦਾ ਉਹਦਾ ਨਾਂ ਹੁੰਦਾ ਸਰਦਾਰ ਜੀ ਉਹਨੂੰ ਲੋਕ ਬੁਲਾਉਂਦੇ ਨੇ ਕਹਿ ਕੇ ਸਰਦਾਰ ਜੀ ਸასი ਆਕਾ ਤੀਲਾਂ ਦੀ ਡੱਬੀ ਤੋਂ ਚਾਹ ਪਤੀ ਖੰਡਾਂ ਤੱਕ ਟੈਕਸ 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 ਤੁਰੇ ਜਾਂਦੇ ਨੇ ਇਹ ਖੂਨ ਨਿਚੋੜ ਰਹੀਆਂ ਨੇ ਗਵਰਨਮੈਂਟਾਂ ਤੁਹਾਡੇ ਤੋਂ ਲੈ ਲੈ ਕੇ ਟੈਕਸ ਆ ਦੋ ਨਿਆਣਿਆਂ ਵਾਲਾ ਸਿਸਟਮ ਖਤਮ ਕਰ ਦਿਓ ਨਿਆਣੇ ਤਿੰਨ ਤਿੰਨ ਚਾਰ ਚਾਰ ਪੈਦਾ ਕਰੋ ਇੱਕ ਨਿਆਣਾ ਹੁੰਦਾ ਇੱਕ ਪੁੱਤ ਹੁੰਦਾ ਪਰਦੇਸਾਂ ਨੂੰ ਭੇਜ ਦਿੰਨੇ ਹੋ ਬਾਅਦ ਵਿੱਚ ਇੱਥੇ ਅੱਖਾਂ 'ਚ ਘਸੌਣ ਦੇ ਦੇ ਰੋਣੇ ਹੋ ਬੁੱਢੇ ਹੋ ਕੇ ਕਰਾਂਗੇ ਕੀ ਘਰ ਦੇ ਵਿੱਚ ਪਹਿਲੇ ਪੁੱਤ ਨੂੰ ਸਰਦਾਰ ਬਣਾਇਆ ਜਾਂਦਾ ਸੀ ਚਾਹੇ ਉਹ ਹਿੰਦੂਆਂ ਦੇ ਵਿੱਚੋਂ ਹੁੰਦਾ ਸੀ ਜਿਹੜਾ ਰਾਜ ਅਸੀਂ ਚ ਲਖਣੀਆਂ ਤੇ ਚੜ ਕੇ ਤੇਗਾਂ ਚ ਉੱਭਰ ਕੇ ਮਾਮਾ ਨੇ ਗਲਾਂ ਦੇ ਵਿੱਚ ਬੱਚਿਆਂ ਦੇ ਗਲਾਂ ਦੇ ਹਾਰ ਪਵਾ ਕੇ ਲਿਆ ਹੋਵੇ ਉਹ ਯਾਰ ਐਡੇ ਮੂਰਖ ਸੀ ਜਿਹੜਾ ਉਦਾਂ ਹੀ ਕਹਤਾ ਹਾਂ ਜੀ ਨਹੀਂ ਸਾਨੂੰ ਨਹੀਂ ਚਾਹੀਦਾ ਜੀ ਕੋਈ ਗੱਲ ਨਹੀਂ ਅਸੀਂ ਇਹਨਾਂ ਦੇ ਨਾਲ ਹੀ ਆ ਇਸ ਧਰਤੀ ਦੀ ਮਿੱਟੀ ਜ਼ਰੂਰ ਲੈ ਕੇ ਜਾਇਓ ਥੋੜੀ ਥੋੜੀ ਆਪਣੇ ਖੱਤਿਆਂ ਦੇ ਵਿੱਚ ਆਪਣੇ ਪਿੰਡ ਜਾ ਕੇ ਖਿਲਾਰੇਓ ਉਹਦਾ ਛਿੱਟਾ ਦਿਓ ਕਿ ਤੁਹਾਡੇ ਵਿੱਚ ਅਣਖ ਜਾਗੇ ਅਣਖ ਪੈਦਾ ਹੋਵੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਅੱਜ ਸਾਡੀ ਮਾਂ ਦੀ ਲੜਾਈ ਹੈ ਸਭ ਤੋਂ ਪਹਿਲਾਂ ਜੀ ਬਲਾਉ ਗੱਜ ਕੇ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੱਡੇ ਭਾਜੀ ਸਤਿਕਾਰਯੋਗ ਜੋਗਰਾਜ ਸਿੰਘ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ ਜੀ ਢਿੰਟਸਾ ਸਾਹਿਬ ਚੱਠਾ ਸਾਥ ਸੰਘੇੜਾ ਜੀ ਜਿਹੜੇ ਇਸ ਕੜੀ ਨੂੰ ਜੋੜਦੇ ਨੇ ਔਰ ਬਹੁਤ ਸਤਿਕਾਰਯੋਗ ਮੇਰੇ ਵੱਡੇ ਵੀਰ ਕੰਗ ਸਾਹਿਬ ਜਿਨ੍ਹਾਂ ਦੇ ਅਸੀਂ ਛੋਟੇ ਭਰਾ ਬਣ ਕੇ ਉਂਗਲਾਂ ਫੜ ਕੇ ਉਹਨਾਂ ਦੀਆਂ ਤੁਰਨਾ ਸਿੱਖਿਆ ਸੋ ਬੇਨਤੀ ਇਹੀ ਕਰਨੀ ਹੈ ਕਿ ਜਦੋਂ ਵੀ ਕੋਈ ਬਲਾਰੇ ਆਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਸੱਦਿਆ ਹੁੰਦਾ ਉਹਨਾਂ ਦੇ ਵਿਚਾਰ ਜ਼ਰੂਰ ਸੁਣਿਆ ਕਰੋ ਇਹ ਕਲਾਕਾਰਾਂ ਨਾਲ ਫੋਟੋਆਂ ਵੀ ਰੋਜ਼ ਹੁੰਦੀਆਂ ਰਹਿੰਦੀਆਂ ਨੇ ਕਿਤੇ ਕਿਤੇ ਖਾੜਿਆਂ 'ਚ ਮਿਲਦੇ ਰਹਿੰਦੇ ਨੇ ਆ ਲੰਗਰ ਪਾਣੀ ਆਪਾਂ ਰੋਜ਼ ਹੀ ਛਕਦੇ ਆਂ ਦੋ-ਦੋ ਤਿੰਨ-ਤਿੰਨ ਵਾਰੀ ਆ ਅਸੀਂ ਜਲੰਧਰ ਤੋਂ ਜਿਹੜੇ ਆਏ ਆ ਮੇਰੇ ਖਾਣਾ 10-12 ਜਣੇ ਬੈਠੇ ਆਂ ਸਵੇਰ ਦਾ ਚਾਹ ਦਾ ਕੱਪ ਪੀ ਕੇ ਤੁਰੇ ਆਂ ਕੁਛ ਨਹੀਂ ਖਾਦਾ ਪਰ ਉਹ ਸਾਰੇ ਬੈਠੇ ਨੇ ਕੰਗਸਾਹਬ ਦੇ ਨਾਲ ਬੈਠੇ ਨੇ ਇਸ ਕਰਕੇ ਜਿਹੜਾ ਬੰਦਾ ਆਉਂਦਾ ਹੈ ਉਹਦੇ ਵਿਚਾਰ ਜਰੂਰ ਸੁਣਿਆ ਕਰੋ ਥੋੜਾ ਜਿਹਾ ਠਰਮੇ ਦੇ ਨਾਲ ਬੈਠਣਾ ਵੀ ਜਰੂਰ ਸਿੱਖੋ ਐਦਾਂ ਦੇ ਪੰਡਾਲ ਦੇ ਵਿੱਚੋਂ ਹੀ ਬਾਜਾਂ ਵਾਲੇ ਨੇ ਪੰਜ ਯੋਧੇ ਕੱਢੇ ਸੀ ਸ਼ੇਰ ਕੱਢੇ ਸੀ ਬਾਕੀ ਤਾਂ ਕਾਂਗਿਹੜੀਆਂ ਦੀ ਫੌਜ ਸੀ ਯੋਧੇ ਬਣਨਾ ਸਿੱਖ ਲਓ ਜਦੋਂ ਘਰ ਨੂੰ ਜਾਓਗੇ ਇਸ ਧਰਤੀ ਦੀ ਮਿੱਟੀ ਜ਼ਰੂਰ ਲੈ ਕੇ ਜਾਇਓ ਥੋੜੀ-ਥੋੜੀ ਆਪਣੇ ਖੱਤਿਆਂ ਦੇ ਵਿੱਚ ਆਪਣੇ ਪਿੰਡ ਜਾ ਕੇ ਖਿਲਾਰੇਓ ਉਹਦਾ ਛਿੱਟਾ ਦਿਓ ਕਿ ਤੁਹਾਡੇ ਵਿੱਚ ਅਣਖ ਜਾਗੇ ਅਣਖ ਪੈਦਾ ਹੋਵੇ ਜਾਗਦੀਆਂ ਜ਼ਮੀਰਾਂ ਵਾਲੇ ਬਣੋ ਵਾਹਿਗੁਰੂ ਤੁਹਾਨੂੰ ਸਭ ਨੂੰ ਰਹਿਮਤ ਬਖਸ਼ੇ ਆਹ ਜਿਹੜੀ ਸਰਦਾਰੀ ਹੈ ਬਾਜਾ ਵਾਲੇ ਨੇ ਸਾਨੂੰ ਬਖਸ਼ੀ ਇਹ ਐਵੇਂ ਨਹੀਂ ਮਿਲ ਗਈ ਸਰਵੰਸ ਬਾਰਨਾ ਪਿਆ ਇਸ ਸਰਦਾਰੀ ਦੇ ਵਿੱਚ ਕੋਈ ਯਾਤ ਕੋਈ ਪਾਤ ਕੋਈ ਧਰਮ ਕੋਈ ਮਜਬ ਨਹੀਂ ਸੀ ਅੱਜ ਵੀ ਨਿਗਾ ਜਦੋਂ ਸਿਰ ਤੇ ਦਸਤਾਰ ਆ ਜਾਂਦੀ ਹੈ ਉਹਦੀ ਕੋਈ ਯਾ ਧਰਮ ਨਹੀਂ ਰਹਿੰਦਾ ਉਹਦਾ ਨਾਂ ਹੁੰਦਾ ਸਰਦਾਰ ਜੀ ਉਹਨੂੰ ਲੋਕ ਬੁਲਾਉਂਦੇ ਨੇ ਕਹਿ ਕੇ ਸਰਦਾਰ ਜੀ ਸਾਸੀ ਆਕਾਦ ਇਸ ਕਰਕੇ ਅੱਜ ਲੜਾਈ ਜਿਹੜੀ ਕਿਸਾਨੀ ਦੀ ਉਹ ਇਕੱਲੀ ਕਿਸਾਨੀ ਦੀ ਲੜਾਈ ਨਹੀਂ ਉਹ ਆਸਾਨ ਕਿਸਾਨ ਦੀ ਲੜਾਈ ਨਹੀਂ ਉਹ ਹਰ ਇਨਸਾਨ ਦੀ ਲੜਾਈ ਹੈ ਜਿਹਨੂੰ ਢੱਡ ਲੱਗਾ ਜਿਹੜਾ ਰੋਟੀ ਖਾਂਦਾ ਜਿਹਨੂੰ ਭੁੱਖ ਲੱਗਦੀ ਹੈ ਇਹ ਉਹ ਹਰ ਇਨਸਾਨ ਦੀ ਲੜਾਈ ਹੈ ਕੱਲੇ ਕਿਸਾਨ ਦੀ ਨਹੀਂ ਸਾਡੇ ਬਾਬੇ ਨੇ ਬਹੁਤ ਚਿਰ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਅੱਜ ਸਾਡੀ ਮਾਂ ਦੀ ਲੜਾਈ ਹੈ ਇਸ ਧਰਤੀ ਦੀ ਲੜਾਈ ਹੈ ਆਪਣੀ ਹੋਂਦ ਦੀ ਲੜਾਈ ਹੈ ਅੱਜ ਲੜਾਈ ਹੈ ਲੋਕਾਂ ਦੀ ਜੋਕਾਂ ਨਾਲ ਜਿਹੜੀਆਂ ਸਾਨੂੰ ਨਿਰੰਤਰ ਸਾਡਾ ਲਹੂ ਪੀ ਰਹੀਆਂ ਨੇ ਸਵੇਰ ਤੋਂ ਸ਼ੁਰੂ ਹੁੰਦਾ ਇੱਕ ਗਰੀਬ ਜਿਹੜਾ ਚੁੱਲ੍ਹਾ ਵਾਲਦਾ ਚੁੱਲ੍ਹੇ ਤੋਂ ਸ਼ੁਰੂ ਹੋ ਜਨਾ ਗੈਸਾਂ ਨੂੰ ਛੱਡ ਦਿਓ ਤੀਲਾਂ ਦੀ ਡੱਬੀ ਤੋਂ ਚਾਹ ਪਤੀ ਖੰਡਾਂ ਤੱਕ ਟੈਕਸ 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 ਤੁਰੇ ਜਾਂਦੇ ਨੇ ਇਹ ਖੂਨ ਨਿਚੋੜ ਰਹੀਆਂ ਨੇ ਗਵਰਨਮੈਂਟਾਂ ਤੁਹਾਡੇ ਤੋਂ ਲੈ ਲੈ ਕੇ ਟੈਕਸ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਹਾਡੇ ਨਾਲ ਹੋ ਕੀ ਰਿਹਾ ਅਸੀਂ ਦਿਨੋਂ ਦਿਨ ਗਰੀਬ ਹੁੰਦੇ ਜਾ ਰਹੇ ਆ ਜਾਂ ਸਾਡੇ ਪੁੱਤ ਪਰਦੇਸੀ ਹੁੰਦੇ ਜਾ ਰਹੇ ਨੇ ਉਹ ਕਿਉਂ ਪਰਦੇਸੀ ਹੁੰਦੇ ਨੇ ਮਜਬੂਰੀਆਂ ਮਜਬੂਰ ਕਰਦੀਆਂ ਨੇ ਕਿਸੇ ਨੂੰ ਪਰਦੇਸੀ ਹੋਣ ਲਈ ਕੋਈ ਸ਼ੌਕ ਨਾਲ ਪਰਦੇਸੀ ਨਹੀਂ ਹੁੰਦਾ ਮੈਂ ਕਈ ਵਾਰੀ ਸੁਣਿਆ ਜੋਗ ਭਾਜੀ ਨੂੰ ਕਹਿੰਦੇ ਆ ਕੀ ਮੁੜ ਕੇ ਆ ਜਾ ਓਏ ਪਰਦੇਸਾਂ ਦੇ ਵਿੱਚੋਂ ਪੰਜਾਬ ਦੇ ਉਹ ਪੁੱਤੋਂ ਪੰਜਾਬ ਨੂੰ ਸੰਭੋ ਅੱਜ ਇੱਕ ਗੱਲ ਹੋਰ ਵੀ ਸਿੱਖ ਲਓ ਆ ਦੋ ਨਿਆਣਿਆਂ ਵਾਲਾ ਸਿਸਟਮ ਖਤਮ ਕਰ ਦਿਓ ਨਿਆਣੇ ਤਿੰਨ ਤਿੰਨ ਚਾਰ ਚਾਰ ਪੈਦਾ ਕਰੋ ਇੱਕ ਨਿਆਣਾ ਹੁੰਦਾ ਇੱਕ ਪੁੱਤ ਹੁੰਦਾ ਪਰਦੇਸਾਂ ਨੂੰ ਭੇਜ ਦਿੰਨੇ ਹੋ ਬਾਅਦ ਵਿੱਚ ਇੱਥੇ ਅੱਖਾਂ ਚ ਘਸੁੰਨ ਦੇ ਦੇ ਰੋਨੇ ਹੋ ਬੁੱਢੇ ਹੋ ਕੇ ਕਰਾਂਗੇ ਕੀ ਜਾਵਾਂਗੇ ਤਾਂ ਪੁੱਤ ਕੋਲੀ ਹੈ ਨਾ ਪੁੱਤ ਕੈਨੇਡਾ ਚਲ ਗਿਆ ਜਾਂ ਅਮਰੀਕਾ ਚਲ ਗਿਆ ਮਗਰ ਉੱਥੇ ਚਲ ਜਾਾਂਗੇ ਕੀ ਕਰਾਂਗੇ ਜਿਹੜਾ ਸਰਦਾਰ ਸੀ ਨਾ ਉਹ ਸਰਦਾਰੀ ਜਿਹੜੀ ਸਾਜੀ ਸੀ ਬਾਜਾਂ ਵਾਲੇ ਨੇ ਉਹ ਕਿਉਂ ਸਰਦਾਰ ਪੈਦਾ ਕੀਤਾ ਸੀ ਹਰ ਘਰਬ ਦੇ ਵਿੱਚ ਮਾਂ ਸੁਖ ਸੁਖ ਦੀ ਸੀ ਪ੍ਰਮਾਤਮਾ ਮੈਨੂੰ ਇੱਕ ਪੁੱਤ ਹੋਰ ਦੇ ਦੇ ਉਹ ਮੈਂ ਸਰਦਾਰ ਬਣਾਉਣਾ ਕਰਦੇ ਵਿੱਚ ਪਹਿਲੇ ਪੁੱਤ ਨੂੰ ਸਰਦਾਰ ਬਣਾਇਆ ਜਾਂਦਾ ਸੀ ਚਾਹੇ ਉਹ ਹਿੰਦੂਆਂ ਦੇ ਵਿੱਚੋਂ ਹੁੰਦਾ ਸੀ ਉਹ ਕਾਦੇ ਲਈ ਬਣਾਇਆ ਜਾਂਦਾ ਸੀ ਜ਼ੁਲਮ ਨੂੰ ਟੱਕਰਾ ਦੇਣ ਲਈ ਜ਼ੁਲਮ ਦੇ ਮੋਰੇ ਖੜਨ ਲਈ ਲੜਨ ਲਈ ਮਰਨ ਲਈ ਸ਼ਹੀਦ ਹੋਣ ਲਈ ਇਸ ਕਰਕੇ ਕਟੋ-ਕਟ ਦੋ ਪੁੱਤ ਜ਼ਰੂਰ ਹੋਣੇ ਚਾਹੀਦੇ ਨੇ ਇਹ ਜਿਹੜੀਆਂ ਸਰਕਾਰਾਂ ਆ ਬਹੁਤ ਵੱਡੀਆਂ ਸ਼ਾਸਨ ਜਿਹੜੀਆਂ ਰਚੀਆਂ ਜਾ ਰਹੀਆਂ ਨੇ ਹੁਣ ਤੋਂ ਨਹੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਇਹ ਪਹਿਲਾਂ ਹੀ ਗੇਮ ਤਿਆਰ ਹੋ ਗਈ ਸੀ ਜਿਹੜਾ ਰਾਜ ਅਸੀਂ ਚਲਖਣੀਆਂ ਤੇ ਚੜ ਕੇ ਤੇਗਾਂ 'ਚ ਉੱਭਰ ਕੇ ਮਾਮਾ ਨੇ ਗਲਾਂ ਦੇ ਵਿੱਚ ਬੱਚਿਆਂ ਦੇ ਗਲਾਂ ਦੇ ਹਾਰ ਪਵਾ ਕੇ ਲਿਆ ਹੋਵੇ ਉਹ ਯਾਰ ਐਡੇ ਮੂਰਖੀ ਸੀ ਜਿਹੜਾ ਉਦਾਂ ਹੀ ਕਹਤਾ ਹਾਂ ਜੀ ਨਹੀਂ ਸਾਨੂੰ ਨਹੀਂ ਚਾਹੀਦਾ ਜੀ ਕੋਈ ਗੱਲ ਨਹੀਂ ਅਸੀਂ ਇਹਨਾਂ ਦੇ ਨਾਲ ਹੀ ਆ ਇਹ ਗੇਮਾਂ ਸੀ ਬਹੁਤ ਵੱਡੀਆਂ ਇਤਿਹਾਸ ਨੂੰ ਕਿਤੇ ਪੜਿਆ ਕਰੋ ਸਰਦਾਰ ਭਗਤ ਸਿੰਘ ਦੀ ਸੋਚ ਵੀ ਇਹ ਨਹੀਂ ਸੀ ਸਰਦਾਰ ਭਗਤ ਸਿੰਘ ਦੇ ਵਿਚਾਰਾਂ ਨੂੰ ਪੜਿਓ ਉਹਦੀ ਸੋਚ ਨੂੰ ਪੜਿਓ ਆਜ਼ਾਦੀ ਕਿਹੋ ਜਿਹੀ ਮੰਗਦਾ ਸੀ ਉਹ ਇਹਨਾਂ ਨੇ ਭਗਤ ਸਿੰਘ ਦੀ ਇੱਕ ਤਸਵੀਰ ਪੇਸ਼ ਕੀਤੀ ਮੋਸ਼ ਨੂੰ ਹੱਥ ਪਾ ਕੇ ਤੇ ਪਿਸਟਲ ਨੂੰ ਹੱਥ ਪਾ ਕੇ ਉਹਦਾ ਕਿਰਦਾਰ ਹੀ ਹੋਰ ਪੇਸ਼ ਕੀਤਾ ਗਿਆ ਉਹਦੇ ਵਿਚਾਰ ਤਾਂ ਦੱਸੇ ਕਿਸੇ ਨੇ ਨਹੀਂ ਨਾ ਸਾਡੇ ਨਾ ਸ਼ੁਕਰੀਆ ਸਰਕਾਰਾਂ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਵਿਚਾਰ ਜੇ ਨੌਜਵਾਨਾਂ 'ਚ ਚੱਲ ਗਏ ਇਹਨਾਂ 'ਚ ਜਾਗਰਤੀ ਆ ਜਾਣੀ ਹੈ ਜੇ ਜਾਗਰਤੀ ਆ ਗਈ ਤੇ ਸਾਡੇ ਰਾਜ ਭਾਗ ਜਾਂਦੇ ਲੱਗਣੇ ਨੇ ਇਹ ਸਭ ਗਦਾਰ ਇਕੱਠੇ ਹੋਏ ਨੇ ਇਹਨਾਂ ਤੋਂ ਬਚੋ ਅੱਜ ਅਲਖ ਜਗਾਉਣ ਆਇਆ ਆ ਬਾਬਾ ਜੋਗਰਾਜ ਸਿੰਘ ਸਾਡਾ ਬਡੇਰਾ ਵੱਡਾ ਵੱਡਾ ਭਰਾ ਵੀ ਹੈ ਸਾਡਾ ਯਾਰ ਵੀ ਹੈ ਸਾਡਾ ਬਾਪੂ ਵੀ ਹੈ ਇਹ ਤੁਹਾਨੂੰ ਹੋਕੇ ਦੇ ਦੇ ਜਗਾਉਂਦਾ ਫਿਰਦਾ ਜਾਗੋ ਅੱਜ ਆਪਣੀਆਂ ਅੱਖ ਨੂੰ ਜਗਾਓ ਅਸੀਂ ਕਿਸੇ ਤੇ ਅਤਿਆਚਾਰ ਨਹੀਂ ਕਰਨਾ ਅਸੀਂ ਕਿਸੇ ਦਾ ਹੱਕ ਨਹੀਂ ਖੋਣਾ ਪਰ ਆਪਣਾ ਹੱਕ ਛੱਡਣਾ ਵੀ ਨਹੀਂ ਸਾਡੇ ਸੂਰਮਿਆਂ ਨੂੰ ਕਦੇ ਵੀ ਇਹਨਾਂ ਨੇ ਸ਼ਹੀਦ ਵਾਲਾ ਅੱਜ ਤੱਕ ਦਰਜਾ ਨਹੀਂ ਦਿੱਤਾ ਭਗਤ ਸਿੰਘ ਨੂੰ ਮੈਂ ਦੋ ਚਾਰ ਲੈਣਾ ਵੀ ਸੁਣਾਉਣਾ ਜਦੋਂ ਕਦੇ ਇਤਿਹਾਸ ਦੇ ਬਹਿ ਕੇ ਪੰਨੇ ਫੋਲੇ ਨੇ ਸਾਡੇ ਯੋਧੇ ਸਰਕਾਰਾਂ ਕੀਤੇ ਅਨਗੋਲੇ ਨੇ ਜਦੋਂ ਕਿਤੇ ਇਤਿਹਾਸ ਦੇ ਬਹਿ ਕੇ ਪੰਨੇ ਫੋਲੇ ਨੇ ਸਾਡੇ ਯੋਧੇ ਸਰਕਾਰਾਂ ਕੀਤੇ ਅਨਗੋਲੇ ਨੇ ਜ਼ੁਲਮ ਦੇ ਮੂਹਰੇ ਖੜੇ ਜੇ ਲੈ ਤਲਵਾਰ ਨਾ ਹੁੰਦੇ ਨਹੀਂ ਸੀ ਹੋਣਾ ਹਿੰਦੁਸਤਾਨ ਓਏ ਜੇ ਸਰਦਾਰ ਨਾ ਹੁੰਦੇ ਕਸ਼ਮੀਰੀ ਪੰਡਤਾਂ ਦੇ ਗੁਰੂਆਂ ਹੰਝੂ ਪੂੰਝੇ ਸੀ ਉਸ ਦਾਦੇ ਦੇ ਪੋਤੇ ਮੁਗਲਾ ਮੂਹਰੇ ਗੂੰਜੇ ਸੀ ਦਸਵੇਂ ਗੁਰਾਂ ਨੇ ਚੁੱਕੇ ਜੇ ਹਥਿਆਰ ਨਾ ਹੁੰਦੇ ਨਹੀਂ ਸੀ ਹੋਣਾ ਹਿੰਦੁਸਤਾਨ ਓ ਜੇ ਸਰਦਾਰ ਨਾ ਹੁੰਦੇ ਮਹਾਰਾਜ ਰਣਜੀਤ ਸਿੰਘ ਉਹ ਮਾਣੇ ਜੋਂਦਾ ਜੰਮਿਆ ਸੀ ਮਹਾਰਾਜਾ ਰਣਜੀਤ ਸਿੰਘ ਉਹ ਮਾਣੇ ਜੋਂਦਾ ਜੰਮਿਆ ਸੀ ਬਾਬਾ ਦੀਪ ਸਿੰਘ ਨੇ ਆ ਕੇ ਜ਼ੁਲਮ ਨੂੰ ਥੰਮਿਆ ਸੀ ਬੰਦਾ ਸਿੰਘ ਜੇ ਨਲੂਏ ਜੇ ਕਿਰਦਾਰ ਨਾ ਹੁੰਦੇ ਨਹੀਂ ਸੀ ਹੋਣਾ ਹਿੰਦੁਸਤਾਨ ਜੇ ਸਰਦਾਰ ਨਾ ਹੁੰਦੇ ਇਹ ਸਰਦਾਰੀ ਐਵੇਂ ਨਹੀਂ ਮਿਲੀ ਸਰਦਾਰੀ ਦਾ ਮਤਲਬ ਹੀ ਇਹ ਆ ਕਿ ਜਿੱਥੇ ਜ਼ੁਲਮ ਹੁੰਦਾ ਖੜ ਜਾਓ ਚਾਹੇ ਕਿਸੇ ਵੀ ਧਰਮ ਤੇ ਜਾਤ ਤੇ ਮਜ਼ਬਬ ਤੇ ਕਿਤੇ ਵੀ ਹੁੰਦਾ ਹੋਵੇ ਉਹਦੇ ਲਈ ਤੁਹਾਨੂੰ ਖੜਨਾ ਉਹਦਾ ਨਾਂ ਐ ਸਰਦਾਰੀ ਸਰਦਾਰੀ ਦਾ ਨਾਂ ਹੀ ਕੁਰਬਾਨੀ ਐ ਕੁਰਬਾਨ ਹੋਏ ਨੇ ਅੱਜ ਸਾਡੇ ਨਿਆਣਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਨੌਜਵਾਨਾਂ ਨੂੰ ਇੱਕੋ ਹੀ ਗੱਲ ਬਦਨਾਮ ਕੀਤਾ ਗਿਆ ਨਸ਼ਈ 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 ਅੱਜ ਤੱਕ ਪਾਤੀ ਦੇਖ ਲਓ ਪੰਜਾਬੀਆਂ ਨੇ ਇੱਥੇ ਪਹਿਲਾਂ ਕਹਿ ਕੇ ਗਏ ਨੇ ਨਾ ਨੌਲੀ ਸਾਹਿਬ ਜੀ ਘੋਗੀ ਸਾਹਿਬ ਵੀ ਕਹਿ ਕੇ ਗਏ ਨੇ ਕਿ ਅਸੀਂ ਲਾੜੇ ਆ ਸਾਰਾ ਹਿੰਦੁਸਤਾਨ ਹੁਣ ਬਰਾਤ ਬਣ ਕੇ ਸਾਡੇ ਮਗਰ ਤੁਰਿਆ ਇੱਕ ਨਮਾ ਗੀਤ ਜਲਦੀ ਮੇਰਾ ਆ ਰਿਹਾ ਮੈਨੂੰ ਕਿਸੇ ਨੇ ਪੁੱਛਿਆ ਜੀ ਨਸ਼ਾ ਮੈਂ ਕਹਾ ਨਸ਼ਾ ਹੈ ਅੱਜ ਵੀ ਨੌਜਵਾਨ ਨਸ਼ਾ ਕਰਦੇ ਆ ਆ ਮੇ ਜਿਹੜੇ ਮੇਰੇ ਮਗਰ ਖੜੇ ਆ ਗੜੋਚੇ ਹੋਏ ਪਏ ਆ ਨਸ਼ੇ ਦੇ ਵਿੱਚ ਉਹ ਹੈਰਾਨ ਹੋ ਗਿਆ ਕਹਿੰਦੇ ਹੈ ਮੈਂ ਕਿਹਾ ਹਾਂਜੀ ਉਹ ਨਸ਼ਾ ਕੀ ਹੈ ਨਮਾ ਨਸ਼ਾ ਆ ਗਿਆ ਪੰਜਾਬ ਚ ਜਿਹਨੂੰ ਕਹਿੰਦੇ ਆ ਕਿਸਾਨੀ ਨਮਾ ਨਸ਼ਾ ਆ ਗਿਆ ਪੰਜਾਬ ਚ ਜਿਹਨੂੰ ਕਹਿੰਦੇ ਆ ਕਿਸਾਨੀ ਇਸ ਨਸ਼ੇ ਚ ਗੜੁੱਚ ਹੋਈ ਫਿਰਦੀ ਸਾਡੀ ਚੜ੍ਹਦੀ ਜਵਾਨੀ ਅੱਜ ਇਸ ਨਸ਼ੇ ਚ ਗੜੁੱਚਿਆ ਟਰੈਕਟਰਾਂ ਤੇ ਘਰਾਂ ਤੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਹਰ ਥਾਂ ਝੰਡੇ ਲੱਗੇ ਦੇਖਦੇ ਹੋ ਤੁਸੀਂ ਕਦੇ ਸਿਆਸੀ ਪਾਰਟੀ ਦਾ ਕਿਸੇ ਦਾ ਝੰਡਾ ਵਿਖਦਾ ਦੇਖਿਆ ਕਿਸਾਨੀ ਦੇ ਝੰਡੇ ਵਿਖਦੇ ਨੇ ਅੱਜ ਕੱਲੇ-ਕੱਲੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਕਿਸਾਨੀ-ਕਿਸਾਨੀ ਹੋਈ ਪਈ ਐ ਘਰਾਂ ਵਿੱਚ ਝੰਡੇ ਗੱਡੀਆਂ 'ਚ ਝੰਡੇ ਹਰ ਥਾਂ ਤੇ ਮੁੰਡਿਆਂ ਨੇ ਲਾਏ ਨੇ ਫੇਸਬੁੱਕ ਉੱਤੇ ਸਨੈਪਚੈਟ ਉੱਤੇ ਸਟੇਟਸ ਕਿਸਾਨੀ ਵੇਖੋ ਪਾਏ ਨੇ ਪੰਜਾਬੀਆਂ ਦਾ ਪੰਗਾ ਇਹਨਾਂ ਲੈ ਲਿਆ ਬੜੀ ਕਰਲੀ ਨਦਾਨੀ ਨਵਾਂ ਨਸ਼ਾ ਆ ਗਿਆ ਪੰਜਾਬ 'ਚ ਜਿਹਨੂੰ ਕਹਿੰਦੇ ਆ ਕਿਸਾਨੀ ਹੁਣ ਇਸ ਨਸ਼ੇ ਨੂੰ ਆਪਣੇ ਲੜ ਬੰਨ ਲਿਓ ਇਸ ਨਸ਼ੇ ਨੂੰ ਆਪਣੇ ਪੱਲੇ ਬੰਨ ਲਿਓ ਸਰੂਰ ਹੁਣ ਇਸ ਨਸ਼ੇ ਦਾ ਹੋਣਾ ਚਾਹੀਦਾ ਜਦੋਂ ਉઠੋ ਜੈ ਕਿਸਾਨ ਜਦੋਂ ਸੌਵੋ ਜੈ ਕਿਸਾਨ ਸੁਪਨਿਆਂ ਦੇ ਵਿੱਚ ਵੀ ਹਲ ਆਉਣ ਮੋਢਿਆਂ ਤੇ ਟੰਗੇ ਆਪਣੀ ਧਰਤੀ ਨਾਲ ਆਪਣੇ ਸ਼ਹੀਦਾਂ ਨਾਲ ਮੁਹੱਬਤ ਮੋਹ ਕਰੋ ਪਿਆਰ ਕਰੋ ਮੈਂ ਜਾਦਾ ਵਕਤ ਨਾ ਲੈਂਦਾ ਹੋਇਆ ਤੁਹਾਡੇ ਤੋਂ ਸਾਰਿਆਂ ਤੋਂ ਖੇਮਾ ਦਾ ਜਾ ਚੁੱਕਿਆ ਜੀ ਔਰ ਬਹੁਤ ਸ਼ੁਕਰੀਆ ਅਦਾ ਕਰਦਾ ਵੱਡੇ ਵੀਰ ਜੋਗਰਾ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਇੱਥੇ ਆਉਣ ਦਾ ਤੇ ਬੋਲਣ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ